हेलो दो गल्ला सारे पंजाबियां पहली गल इस करके तुसी ये जेड़ा ड्रामा है ना कंट्रोवर्सी हाथ च फोन लाया आ बोल दे फलाने बारे आ कर दे ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਕੰਟਰੋਵਰਸੀ ਹੁੰਦੀ ਹੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਅਫਸਾਨਾ ਖਾਨ ਦੁਆਰਾ ਮਾਨਕ ਮੇਲੇ ਵਿੱਚ ਬੱਬੂ ਮਾਨ ਦਾ ਗਾਣਾ ਗਾਏ ਜਾਣ ਕਰਕੇ ਜੱਜੀ ਵੀ ਅੱਗ ਬਬੂਲਾ ਹੋ ਗਏ ਸਨ, ਜਿਸ ਕਰਕੇ ਮਾਨਕ ਮੇਲੇ ਦਾ ਇੱਕ ਖਾਸ ਲਮਹਾ ਖਬਰਾਂ ਦਾ ਵਿਸ਼ਾ ਬਣਿਆ ਹੋਇਆ ਸੀ। ਪਰ ਇਸ ਲਮਹੇ 'ਤੇ ਬੱਬੂ ਮਾਨ ਦੇ ਫੈਨਸ ਬੱਬੂ ਮਾਨ ਵੱਲੋਂ ਜਵਾਬ ਦੀ ਉਡੀਕ ਕਰ ਰਹੇ ਸਨ, ਜਿਸ 'ਤੇ ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਇੱਕ ਬਿਆਨ ਦਿੱਤਾ, ਜਿਸ ਵਿੱਚ ਉਹਨਾਂ ਕਿਹਾ ਕਿ ਹਰ ਇੱਕ ਆਰਟਿਸਟ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਬਾਕੀ ਤੁਸੀਂ ਖੁਦ ਹੀ ਸੁਣ ਲਓ ਬੱਬੂ ਮਾਨ ਨੇ ਕੀ ਕਿਹਾ। ਮੈਂ ਸਾਰਾ ਦਿਨ ਸਾਰੀ ਰਾਤ ਲਿਖਦੇ ਹੀ ਰਹਿੰਦਾ। ਹੈਲੋ ਦੋ ਗੱਲਾਂ ਸਾਰੇ ਪੰਜਾਬੀਆਂ ਪਹਿਲੀ ਗੱਲ ਪੰਜਾਬ ਇੱਕ ਦੇਸ਼ ਹੁੰਦਾ ਸੀ, ਸੂਬਾ ਰਹਿ ਗਿਆ ਕਾਹਤੇ ਆ ਤੁਹਾਡੀਆਂ ਆਪਸੀ ਲੜਾਈਆਂ ਕਰਕੇ। ਸਾਰੇ ਲੀਡਰ ਸਾਰੇ ਡਾਕਟਰ ਕਲਾਕਾਰ ਜਿਹੜੇ ਮੇਰੇ ਤੋਂ ਸੀਨੀਅਰ ਹੈ ਮੈਂ ਇਹਨਾਂ ਦੇ ਗੋਲਡੀ ਹੱਥ ਲਾਉਂਦਾ, ਜਿਹੜੇ ਮੇਰੇ ਤੋਂ ਜੂਨੀਅਰ ਹੈ ਮੈਂ ਉਹਨਾਂ ਨੂੰ ਪਿਆਰ ਕਰਦਾ। ਨਾ ਮੈਂ ਕੰਟਰੋਵਰਸੀ 'ਚ ਰਹਿਣ ਵਾਲਾ ਬੰਦਾ ਅਤੇ ਨਾ ਮੈਂ ਰਹਿਣਾ ਚਾਹੁੰਦਾ। ਕਦੇ ਵੀ ਕਲਾਕਾਰ ਦੀ ਮਨਸ਼ਾ ਨਹੀਂ ਹੁੰਦੀ ਕਿ ਕਿਸੇ ਨੂੰ ਹਰਟ ਕਰਿਆ ਜਾਵੇ ਜਾਂ ਦਿਲ ਦੁਖਾਇਆ ਜਾਵੇ। ਕੁਛ ਗੱਲਾਂ ਸਮਾਜੀ ਤੌਰ 'ਤੇ ਸਹਿਜੇ ਸਹਿਜੇ ਹੋ ਜਾਂਦੀਆਂ, ਉਹਨਾਂ ਦਾ ਕੋਈ ਮਾਨ ਨਹੀਂ ਹੁੰਦਾ। ਇਸ ਕਰਕੇ ਤੁਸੀਂ ਇਹ ਜਿਹੜਾ ਡਰਾਮਾ ਹੈ ਨਾ ਕੰਟਰੋਵਰਸੀ ਹੱਥ 'ਚ ਫੋਨ ਲਾਇਆ ਆ ਬੋਲਦੇ ਫਲਾਣੇ ਬਾਰੇ ਆ ਕਰਦੇ ਉਹ ਛੱਡੋ ਯਾਰ, ਗੁਆਂਢੀਆਂ ਦੇ ਘਰੇ ਮੁਰਗੀ ਬਣੀ ਕਿ ਮਸਰੀ, ਤੁਸੀਂ ਕੀ ਲੈਣਾ ਕੀ ਲੈਣਾ? ਅਗਲਾ ਆਪਣੇ ਘਰੇ ਮੁਰਗਾ ਖਾਵੇ ਚਾਹੇ ਮਸਰੀ ਖਾਵੇ, ਇਹੀ ਫੇਸਬੁੱਕ ਦੀ ਪ੍ਰੋਬਲਮ ਹੈ। ਪਿੰਡ 'ਚ ਕੋਈ ਨਹੀਂ ਜਿਹਨੂੰ ਪੁੱਛਦਾ, ਉਹ 20 ਪੁੰਡਿਆਂ 'ਚ ਨੁਕਸ ਕੱਢਦਾ ਅੱਗੇ ਜਾ ਕੇ। ਕਿਉਂ ਕੱਢਦਾ? ਆਪਣੇ ਕੋਲ ਇੰਨਾ ਟਾਈਮ ਕਿਉਂ ਹੈ ਯਾਰ? ਕੰਮ ਕਰੀਏ, ਕੰਮ ਲਾਗੇ ਵਧੀਏ। ਅਜੇ ਅਸੀਂ ਅੰਗਰੇਜ਼ਾਂ ਦੇ ਉਹ ਸ਼ੋਅ ਸਰ ਕਰਨੇ ਹੈ ਜਿਹੜੇ 15-15 ਹਜ਼ਾਰ ਇਕੱਠੇ ਕਰਦੇ। ਮੇਰੀ ਜ਼ਿੰਦਗੀ ਦੀ ਜੱਦੋ ਜਹਿਦ ਇਹੀ ਹੈ ਕਿ ਅਸੀਂ ਉਹਨਾਂ ਜਿੱਡੇ ਸ਼ੋਅ ਕਰਨੇ ਹੈ, ਬੇਸ਼ੱਕ ਸਾਡੀ ਭਾਸ਼ਾ ਦਰਅਸਲ ਜੈਜ਼ੀ ਬੀ ਦੀਆਂ ਬੱਬੂ ਮਾਨ ਨਾਲ ਦੂਰੀਆਂ ਇਸ ਕਰਕੇ ਵੱਧ ਗਈਆਂ ਸਨ ਕਿ ਬੱਬੂ ਮਾਨ ਨੇ ਜੈਜ਼ੀ ਬੀ ਦੇ ਉਸਤਾਦ ਕੁਲਦੀਪ ਮਾਨਕ ਬਾਰੇ ਕੁਝ ਗਲਤ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ, ਜਿਸ ਕਰਕੇ ਦੋਨਾਂ ਗਾਇਕਾਂ ਵਿੱਚ ਖਹਿਬਾਜ਼ੀ ਚੱਲਣੀ ਸ਼ੁਰੂ ਹੋ ਗਈ ਸੀ। ਤੁਹਾਡੇ ਬੱਚੇ ਇੱਥੇ ਜਨਮੇ ਆ ਜਾਂ ਉੱਥੇ ਜਨਮੇ? ਜੇ ਇੱਥੇ ਜਨਮੇ ਆ ਤਾਂ ਉਹ ਕਦੇ ਵੀ ਮੈਲੋਡੀ ਸੌਂਗ ਨਹੀਂ ਸੁਣਦੇ ਜਿਹੜੇ ਮੇਰੀ, ਉਹ ਰੈਪ ਸੁਣਦੇ ਆ ਅਤੇ ਰੈਪ ਤੋਂ ਜ਼ਿਆਦਾ ਗੰਦ ਤਾਂ ਹੋ ਹੀ ਨਹੀਂ ਸਕਦਾ। ਸੋ ਪਤਾ ਕੀ ਹੈ, ਆਪਾਂ ਇੱਕ ਦੂਜੇ ਨੂੰ ਸਵਾਲ ਕਰਦੇ ਹਾਂ, ਇਹਨਾਂ ਚੀਜ਼ਾਂ ਦਾ ਜਵਾਬ ਰਹਿੰਦਾ। ਜਿਵੇਂ ਜਿਵੇਂ ਦੁਨੀਆ ਬਦਲਦੀ ਹੈ ਇਹਨੇ ਬਦਲਦੇ ਜਾਣਾ। ਜੇ ਲੱਚਰਤਾ ਦੀ ਗੱਲ ਕਰਦੇ ਹਾਂ ਤਾਂ ਮਾਨਕ ਸਾਹਿਬ ਦੇ ਕਈ ਕਲੀਆਂ ਤੁਸੀਂ ਸੁਣੇ ਨਹੀਂ ਸਕਦੇ, ਮੈਂ ਜ਼ਿਕਰ ਨਹੀਂ ਕਰ ਸਕਦਾ ਇੱਥੇ, ਗੁੱਡੀਆਂ ਬੈਠੀਆਂ। ਬੜੀ ਹਿੱਟ ਕਲੀ ਹੈ ਜਿਹਦੀ ਮੈਂ ਤੁਹਾਨੂੰ ਇੱਕ ਲਾਈਨ ਸੁਣਾ ਦੇਵਾਂ, ਤੁਸੀਂ ਸੋਚੋਗੇ ਵੀ ਹਾਂ ਯਾਰ ਇਹ ਤਾਂ ਹੈ। ਸੋ ਇਹ ਦੁਨੀਆ ਦਾ ਅੰਗ ਹੈ। ਪੁਰਾਣੀਆਂ ਚੀਜ਼ਾਂ ਲੰਘ ਗਈਆਂ, ਉਦੋਂ ਮੀਡੀਆ ਹੈ ਨਹੀਂ ਸੀ, ਇੰਨੇ ਸਵਾਲ ਨਹੀਂ ਸੀ, ਹੁਣ ਸਵਾਲ ਜ਼ਿਆਦਾ। ਬਾਕੀ ਕੋਸ਼ਿਸ਼ ਕਰਨੀ ਚਾਹੀਦੀ। ਖੈਰ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਬੱਬੂ ਮਾਨ ਦੇ ਇਸ ਗਿਆਨ 'ਤੇ ਜੈਜ਼ੀ ਬੀ ਕੀ ਬਿਆਨ ਦਿੰਦੇ ਹਨ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।